सियालकोट से एक खबर शामिल करते हैं, जहां पर थाना सदर सियालकोट इलाके मौजूद हेरा संधा में गरीब मसीही खानदान पर गांव के चौधरियों ने जुल्म की इंतहा कर दी। घर में काम करने वाली मसीही बच्ची 12 साल मलासमा निशा और उसके वालदा पर बशीर घमन और उसके बेटे मदसर घमन और दीगर अहले खाना ने चोरी का इल्जाम लगाकर 12 साल बच्ची और उसकी वालदा पर तशद्दुद किया और कई घंटे हिब्स पे जाम में रखा। निशा का कहना है कि इस पर चौधरी के बेटे मदसर ने पिस्तौल निकाल कर कहा कि मैं तुझे कत्ल कर दूंगा क्योंकि तुमने हमारे घर से चोरी की, जबकि चौधरी बशीर घुमन और उसके तमाम रिश्तेदारों ने मां बेटी पर जुल्म की इंतहा कर दी और उन्हें मार मार कर अधमुआ कर दिया। मुतासरा खानदान का गांव के चौधरी बशीर घुमन इसके बेटे मदसर के खिलाफ डीपीओ सियालकोट ऑफिस के बाहर शदीद एहतजाज करते हुए निशा के रिश्तेदार खवातीन ने कहा कि अगर झूठे इल्जाम लगाकर इसी तरह फंसाने का सिलसिला बंद ना हुआ तो वजीर आला पंजाब मरियम नवाज के सामने पेश होकर एहतजाज करेंगे। निशा के एक और रिश्तेदार ने कहा कि चौधरियों ने झूठा इल्जाम लगाकर जुल्म और जबर की इंतहा की है, तहकीक की जाए और चौधरियों के खिलाफ कानूनी कार्रवाई करके इन्हें सख्त से सख्त सजा दी जाए क्योंकि उन्होंने अपने घर में खुद ही अदालत लगा रखी है और हमारी छोटी बच्ची और इसकी वालदा पर जितना उन्होंने जुल्म किया है वो काबिले मजम्मत है। और उन्होंने वजीर आला पंजाब मरियम नवाज और डीपीओ सियालकोट से कार्रवाई का मुतालबा किया है। ਉਹਨਾਂ ਨੇ ਚੋਰੀ ਦਾ ਇਲਜ਼ਾਮ ਲਾਇਆ, ਉਹਨਾਂ ਦੇ ਘਰ ਕੰਮ ਕਰਨ ਗਈ, ਉਹਨਾਂ ਸਾਰਿਆਂ ਨੇ ਮਾਰਿਆ, ਮੀ ਹੋਰਾਂ ਨੂੰ ਵੀ ਸਾਰਿਆਂ ਨੂੰ। ਅਸੀਂ ਉਹਦੇ ਗਏ ਹਾਂ ਅਤੇ ਉਹਨਾਂ ਨੇ ਸਾਨੂੰ ਪਿਸਤੌਲ ਲੈ ਕੇ ਪੈ ਗਏ, ਕਹਿੰਦੇ ਤੁਹਾਨੂੰ ਮਾਰ ਛੱਡਣਾ, ਤੈਨੂੰ ਹੱਥ ਲਾਓ, ਕਹਿੰਦੇ ਚੋਰੀ ਕੀਤੀ ਹਜੇ ਸਾਡੀ। ਉਹਨਾਂ ਦੇ ਮੁੰਡੇ ਹਨ ਬਸ਼ੀਰ ਦੇ ਅਤੇ ਆਪ ਹੀ ਅਤੇ ਉਹਨਾਂ ਦੇ ਘਰ ਵਾਲੇ ਸਾਰੇ ਬਾਬੇ ਤਿੰਨ ਚਾਰ ਹਨ, ਪਰ ਉਹਨੇ ਵੀ ਆਏ ਹਨ, ਉਹਨਾਂ ਸਾਰਿਆਂ ਨੇ ਸਾਨੂੰ ਮਾਰਿਆ। ਹਾਂਜੀ, ਅਸੀਂ ਇਸ ਵਾਸਤੇ ਡੀਪੀਓ 'ਤੇ ਆਏ ਹਾਂ, ਸਾਡੀ ਪੇਸ਼ ਨਹੀਂ ਜਾਂਦੀ ਵੀ ਬੱਚੀ ਹੈ ਨਿੱਕੀ ਸਾਰੀ, ਅਤੇ ਉਹ ਤਾਂ ਇਲਜ਼ਾਮ ਇੰਨਾ ਕੁ ਲਾ ਛੱਡਿਆ ਬੱਚੀ ਨੂੰ, ਨਾਲੇ ਮਾਰਿਆ ਕੁੱਟਿਆ ਅੰਦਰ ਡੱਕ ਛੱਡਿਆ ਵੇ। ਜ਼ਾਹਰ ਮੇਰੀ ਬੱਚੀ ਦੀਆਂ 7 ਬੇਟੀਆਂ ਨੇ, ਉਹਦੀ ਵਾਹ ਪੇਸ਼ ਨਹੀਂ ਜਾਂਦੀ ਵੀ ਬੱਚੇ ਨੇ 2 ਉਹਨਾਂ ਨੂੰ ਵਿਚਾਰਿਆਂ ਨੂੰ ਅੰਦਰ ਡੱਕ ਲਿਆ ਵੇ। ਅਤੇ ਸਾਨੂੰ ਇਨਸਾਫ਼ ਚਾਹੀਦਾ, ਇਨਸਾਫ਼ ਸਾਨੂੰ ਚਾਹੀਦਾ ਵੇ, ਅਤੇ ਇਨਸਾਫ਼ ਕਰੋ ਗਰੀਬਾਂ ਦਾ। ਇੱਥੇ ਨਾ ਸਾਡੇ, ਅਸੀਂ ਵੱਡੇ ਧੀਰੇ ਸੰਧਵਾ, ਇੱਥੇ ਸਾਡੀ ਨਾ ਸੁਣੀ ਜਾਏਗੀ, ਅਸੀਂ ਨਵਾਜ਼ ਸ਼ਰੀਫ ਤੱਕ ਜਾਵਾਂਗੇ, ਸਾਡਾ ਇਨਸਾਫ਼ ਉੱਥੇ ਹੋਵੇਗਾ। ਹਾਂ, ਮਰੀਅਮ ਨਵਾਜ਼ ਸ਼ਰੀਫ ਉੱਥੋਂ ਤੱਕ ਅਸੀਂ ਪਹੁੰਚਾਂਗੇ। ਗਰੀਬ ਮਾਰ ਕਰਦੇ ਪਏ, ਗਰੀਬਾਂ ਦੀ ਸੁਣੀ ਨਹੀਂ ਜਾਂਦੀ ਪਈ, ਪੈਸਾ ਦੇ ਕੇ ਥਾਣੇ ਸਾਨੂੰ ਸਾਰਿਆਂ ਨੂੰ, ਬੱਚਿਆਂ ਨੂੰ ਵੀ ਅੰਦਰ ਕਰਾਉਂਦੇ ਨੇ, ਬੱਚਿਆਂ ਨੂੰ ਕਰਾਉਂਦੇ ਨੇ ਪਏ, ਸਾਡੀ ਗਰੀਬਾਂ ਦੀ ਵਾਹ ਪੇਸ਼ ਨਹੀਂ ਜਾਣ ਦਿੰਦੇ ਪਏ। ਇਹੀ ਮੇਰਾ ਨਾਮ ਹੈ ਨਸਰੀਨ, ਹੋਰ ਬੱਚੀ ਸਾਡੀ ਜਾਂਦੀ ਅੱਜ ਕੰਮ ਕਰਨ, ਉਹਦੇ 'ਤੇ ਉਹਨਾਂ ਉਲਟਾ ਇਲਜ਼ਾਮ ਲਾਇਆ, ਸਾਡੀ ਬੱਚੀ ਕੰਮ ਕਰਨ ਗਈ, ਉਹਨਾਂ ਅੰਦਰ ਡੱਕ ਕੇ ਅਤੇ ਬੱਚੀ ਨੂੰ 2 ਘੰਟੇ ਮਾਰਿਆ ਜੀ, ਅਤੇ ਉਹ ਅਸੀਂ ਗਏ ਹਾਂ ਅਸੀਂ ਚੜਵਾਉਣ, ਸਾਨੂੰ ਵੀ ਉਹਨਾਂ ਅੰਦਰ ਦੇ ਕੇ ਮਾਰਿਆ, ਅਤੇ ਉਹਨਾਂ ਬੜੀ ਜਾਇਜ਼ਤੀ ਕੀਤੀ। ਇਹਨਾਂ ਦਾ ਪਾਪਾ ਯਾਸਰ ਅਤੇ ਚਾਚੂ ਇਹਨਾਂ ਦਾ ਕੈਸਰ ਹੈ, ਅਤੇ ਜਿਨ੍ਹਾਂ ਦੀ ਚੋਰੀ ਹੋਈ ਹੈ ਉਹਨਾਂ ਦਾ ਪਾਪਾ ਦਾ ਨਾਂ ਹੈ ਬਸ਼ੀਰ, ਅਤੇ ਜਿਹੜਾ ਉਹਨਾਂ ਦਾ ਬੇਟਾ ਹੈ ਉਹਨਾਂ ਦਾ ਨਾਂ ਹੈ ਮਦਸਰ, ਅਤੇ ਉਹ ਪਿਸਤੌਲ ਲੈ ਕੇ ਆ ਗਿਆ ਅੱਜ ਮੇਰੀ ਬੱਚੀ 'ਤੇ, ਜੈ ਅਸੀਂ ਬਹੁਤ ਜ਼ਿਆਦਾ ਕਰ ਰਹੇ।